ਹਾਂਜੀ ਸਤਿ ਅਕਾਲ ਜੀ ਸਾਰਿਆਂ ਨੂੰ, ਤੇ ਲੋ ਵੀ ਮੁੰਡਿਓ ਸਵਾਗਤ ਹੈ ਅੱਜ ਦੇ ਆਪਣੇ ਇੱਕ ਨਵੇਂ ਵਲੋਗ ਦੇ ਵਿੱਚ। ਤੇ ਵਲੋਗ ਸ਼ੁਰੂ ਹੋ ਰਿਹਾ, ਲਗਭਗ ਟਾਈਮ ਹੈ 11, ਹਾਂ 11 ਵੱਜ ਗਏ ਨੇ, ਅਤੇ 11 ਵਜੇ ਕੀਤਾ ਮੈਂ ਵਲੋਗ ਸ਼ੁਰੂ, ਅਤੇ ਕੰਮ ਕਈ ਨਿਬੇੜਤੇ ਨੇ, ਉਹ ਤੁਹਾਨੂੰ ਮੈਂ ਵਿਖਾਉਣਾ ਇੱਕ ਇੱਕ ਕਰਕੇ, ਠੀਕ ਹੈ। ਨੰਬਰ 1 'ਤੇ ਤਾਂ ਆ ਦੇਖੋ 11 'ਤੇ ਚੱਲਣ ਦਿਆ ਕੰਮ, ਸਟੇਅਰਿੰਗ ਸਿਸਟਮ ਲੱਗ ਚੁੱਕਿਆ, ਫੀਟਿੰਗ ਹੋਣੀ ਹੈ ਇਹਦੇ 'ਚ, ਅਤੇ ਅੱਜ ਟੈਸਟਿੰਗ ਕਰਦੇ ਆ। ਫਿਟਿੰਗ ਮਤਲਬ ਵੀ ਕੋਸ਼ਿਸ਼ ਕਰਦਾ ਕਿ ਬੋਡੀ ਦੇ ਆ ਜਿਹੜੇ ਪਾਰਟ ਆਪਾਂ ਪ੍ਰਿੰਟ ਕੀਤੇ ਸੀਗੇ ਇਹ ਫਿੱਟ ਕਰ ਸਕੀਏ, ਤਾਂ ਕਿ ਸ਼ਾਮ ਨੂੰ ਟੈਸਟਿੰਗ ਹੋ ਸਕੇ ਇਹਦੇ ਨਾਲ ਵੀ। ਇੱਕ ਤਾਂ ਇਹ ਕੰਮ ਕਰਨੇ ਆ ਮੈਂ, ਦੂਜਾ ਆਪਣੇ ਸਵਰਾਜ 'ਤੇ ਕੰਮ ਚੱਲਣ ਦਿਆ। ਰਾਤ ਮੈਂ ਸ਼ਾਇਦ ਵਿਖਾਇਆ ਸੀ ਤੁਹਾਨੂੰ ਵੀ ਇੰਨਾ ਕੰਮ ਕਰਤਾ ਰਾਤ, ਮਤਲਬ ਪਿਛਲੇ ਵਲੋਗ 'ਚ, ਅਤੇ ਇਸ ਤੋਂ ਬਾਅਦ ਹੁਣ ਅੱਗੇ ਕਟਿੰਗ ਵਾਲਾ ਕੰਮ ਸ਼ੁਰੂ ਕਰਦੇ ਹਾਂ, ਠੀਕ ਹੈ। ਅਤੇ ਉਸ ਦੇ ਨਾਲ ਇੱਕ ਕੰਮ ਹੋਰ ਕੀਤਾ, ਜਿਹੜਾ ਆਪਣਾ ਟਰੈਕਟਰ ਸੀਗਾ ਆਹ ਜਿਹੜਾ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਇਹਦਾ ਫਰੰਟ ਐਕਸਲ ਖਰਾਬ ਹੋ ਗਿਆ ਸੀ, ਵੈਸੇ ਵੀ ਆਪਾਂ ਅਪਗ੍ਰੇਡ ਕਰਨਾ ਹੀ ਸੀ, ਇਹਦੇ ਪਾਰਟ ਇੱਥੇ ਪ੍ਰਿੰਟ ਹੋ ਚੁੱਕੇ ਨੇ, ਠੀਕ ਹੈ, ਸਾਰੇ ਪਾਰਟ ਪ੍ਰਿੰਟ ਹੋ ਗਏ ਨੇ ਲਗਭਗ, ਬਸ ਮੇਨ ਇਹਦੇ ਜਿਹੜੇ ਵੀਲ ਨੇ ਉਹ ਰਹਿ ਗਏ ਸੀ ਪ੍ਰਿੰਟ ਹੋਣ ਵਾਲੇ। ਆਹ ਦੇਖੋ ਪ੍ਰਿੰਟ ਹੋਣ ਦੇਣੇ, ਅਤੇ ਇੱਧਰ ਚੈੱਕ ਕਰੋ ਤੁਸੀਂ ਟਾਈਮ, ਲਗਭਗ 7 ਘੰਟੇ ਲੱਗੇ ਆ ਇਹਨਾਂ ਨੂੰ ਪ੍ਰਿੰਟ ਹੋਣ 'ਚ, ਕਿਉਂਕਿ ਫੁੱਲ ਹਾਈ ਕੁਆਲਿਟੀ 'ਚ ਪ੍ਰਿੰਟ ਕੀਤਾ ਮੈਂ, ਇਹਦੇ 'ਤੇ ਲੋਡ ਬਹੁਤ ਆਉਣਾ, ਅਤੇ ਇਹਦੇ ਵਿੱਚ ਬੈਰਿੰਗ ਯੂਜ਼ ਹੋਣੇ ਨੇ, ਇੱਥੇ ਪਏ ਹੋਣਗੇ ਸਾਰੇ ਬੈਰਿੰਗ, ਠੀਕ ਹੈ। ਇਹ ਮੈਂ ਦੇਖਦਾ ਵਾਂ ਪਲੈਨ ਕਰਨੇ, ਹੋ ਸਕਦਾ ਮੈਂ ਵੀਡੀਓ ਇਹਦੀ ਸ਼ੂਟ ਕਰ ਲਾਂ, ਠੀਕ ਹੈ, ਅਪਗ੍ਰੇਡ ਕਰਦੇ ਹਾਂ ਇਹਦੀ ਸਟੇਅਰਿੰਗ, ਅਤੇ ਇਹਦੀ ਵੀਡੀਓ ਆ ਜੂਗੀ ਫਿਰ, ਠੀਕ ਹੈ ਮੁੰਡਿਓ। ਬਸ ਆਹ ਪ੍ਰਿੰਟ ਹੁੰਦੇ ਆ, ਉਦੋਂ ਬਾਅਦ ਫਿਰ ਟਾਇਰ ਫਿੱਟ ਕਰਾਂਗੇ ਆਪਣੇ ਟਰੈਕਟਰ 'ਤੇ, ਅਤੇ ਬਾਕੀ ਆਹ ਪ੍ਰਿੰਟਰ ਇੱਕ ਵਾਰੀ ਮੈਂ ਉੱਦਾਂ ਹੀ ਖਾਲੀ ਛੱਡ ਰੱਖਿਆ, ਕਿਉਂਕਿ ਆਪਾਂ ਕੰਮ ਸ਼ੁਰੂ ਕਰਨਾ ਸਵਰਾਜ 'ਤੇ, ਆਪਾਂ ਸਵਰਾਜ ਤਿਆਰ ਕਰਨਾ 1 ਜਾਂ 2 ਦਿਨ ਨੇ ਆਪਣੇ ਕੋਲ ਬਸ, ਠੀਕ ਹੈ, 2 ਦਿਨ ਸਵਰਾਜ ਤਿਆਰ ਕਰਨਾ ਆਪਾਂ, ਅਤੇ ਇਸ ਕਰਕੇ ਮੈਂ ਪ੍ਰਿੰਟਰ ਖਾਲੀ ਛੱਡਿਆ ਹੋਇਆ ਵੀ ਜੇ ਜ਼ਰੂਰਤ ਪੈ ਜੇ ਕੋਈ ਪਾਰਟ ਪ੍ਰਿੰਟ ਕਰਨ ਦੀ ਤਾਂ ਆਪਾਂ ਨਾਲ ਦੀ ਨਾਲ ਪ੍ਰਿੰਟ ਕਰ ਸਕੀਏ, ਠੀਕ ਹੈ ਮੁੰਡਿਓ। ਅਤੇ ਬਸ ਹੁਣ ਮੈਂ ਛੇਤੀ ਛੇਤੀ ਸਾਰਾ ਪਹਿਲਾਂ ਕੰਮ ਕਰੂੰਗਾ ਸਵਰਾਜ 'ਤੇ ਹੀ, ਸਵਰਾਜ ਦਾ ਕੋਸ਼ਿਸ਼ ਕਰਦਾ ਕਿ ਜਿੰਨਾ ਕੰਮ ਹੋ ਸਕਿਆ ਵੀ ਜਿੰਨਾ ਕੰਮ ਨਿਬੇੜ ਸਕਿਆ ਮੈਂ ਨਿਬੇੜਾਂਗਾ ਅੱਜ, ਠੀਕ ਹੈ। ਅੱਜ ਦਾ ਮੇਨ ਮਿਸ਼ਨ ਆ ਹੀ ਸਵੇਰ ਦਾ ਆਪਣਾ, ਸ਼ਾਮ ਨੂੰ ਦੇਖਦੇ ਹਾਂ ਫਿਰ ਸ਼ੂਟ ਵਗੈਰਾ ਜੇ ਹੋਇਆ ਤਾਂ ਕਰਾਂਗੇ, ਠੀਕ ਹੈ। ਆਪਾਂ 9-11 ਨਾਲੇ ਟੈਸਟਿੰਗ ਕਰ ਲਾਂਗੇ, ਨਾਲੇ ਇੱਟਾਂ ਲੈ ਆਵਾਂਗੇ, ਨਾਲੇ ਬਾਹਰ ਵਾਲੇ ਸੈਟਅਪ 'ਤੇ ਵੀ ਕੰਮ ਸ਼ੁਰੂ ਕਰ ਲਾਂਗੇ। ਅਤੇ ਉਸ ਦੇ ਨਾਲ ਇੱਧਰ ਇੱਟਾਂ ਵਾਲਾ ਕੰਮ ਚੱਲਣ ਦਿਆ, ਆ ਇੱਕ ਬਲੋਕ ਮੈਂ ਨਵਾਂ ਭਰਤਾ ਸੀਗਾ, ਬਸ ਆ ਸੁੱਕ ਗਿਆ, ਇਹਨੂੰ ਖਾਲੀ ਕਰਦੇ ਹਾਂ ਅਤੇ ਉਦੋਂ ਬਾਅਦ ਦੁਬਾਰੇ ਭਰ ਦਿੰਦੇ ਹਾਂ, ਕਿਉਂਕਿ ਇੱਟਾਂ ਦੀ ਹੁਣ ਬਹੁਤ ਜ਼ਰੂਰਤ ਆ ਆਪਾਂ ਨੂੰ, ਇੱਟਾਂ ਦਾ ਪ੍ਰੋਡਕਸ਼ਨ ਵਧਾਈਏ, ਲਾਲ ਇੱਟਾਂ ਦਾ। ਜ਼ਰੂਰਤ ਤਾਂ ਵੈਸੇ ਬਲੋਕਸ ਦੀ ਵੀ ਬਹੁਤ ਹੈ, ਕਿਉਂਕਿ ਨਹਿਰ ਪੱਕੀ ਕਰਨ ਲਈ ਵੀ ਹੁਣ ਬਲੋਕ ਚਾਹੀਦੇ ਨੇ ਆਪਾਂ ਨੂੰ, ਅਤੇ ਪਲੈਨ ਕਰਨੇ ਆ ਕਿ ਨਹਿਰ ਦੇ ਵਿੱਚ ਵੀ ਨਾ ਆਪਾਂ ਬਲੋਕ ਹੀ ਲਾਵਾਂਗੇ। ਅਤੇ ਆ ਬਲੋਕ ਵਾਲਾ ਤਾਂ ਇੱਕ ਹੋਰ ਮੋਲਟ ਔਡਰ ਕੀਤਾ ਹੋਇਆ, ਉਹ ਆ ਜਾਂਦਾ, ਆ ਇੱਟਾਂ ਦਾ ਨਹੀਂ ਔਡਰ ਕੀਤਾ, ਠੀਕ ਹੈ। ਉਹ ਮੈਂ ਦੇਖਦਾ ਨਿਖਿਲ ਨੂੰ ਕਹਿੰਦਾ ਇੱਕ ਹੋਰ ਔਡਰ ਕਰ ਦੂਗਾ, ਕਿਉਂਕਿ ਇੱਕ ਨਾਲ ਗੱਡੀ ਚੱਲਣੀ ਨਹੀਂ, ਆਪਾਂ ਨੂੰ ਇੱਟਾਂ ਬਹੁਤ ਚਾਹੀਦੀਆਂ, ਠੀਕ ਹੈ। ਆਹ ਸੀਗੀ ਹੁਣ ਤੱਕ ਦੀ ਸਿਚੁਏਸ਼ਨ ਸਾਰੀ, ਅਤੇ ਅੱਗੇ ਦੇਖੋ ਫਿਰ ਕੀ ਬਣਦਾ। ਲਓ ਵੀ ਮੁੰਡਿਓ ਆਹ ਦੇਖੋ ਤੁਸੀਂ ਕਰੋ ਚੈੱਕ ਆਪਣਾ ਸਵਰਾਜ 855, ਇੱਦਾਂ ਦੀ ਲੁੱਕ, ਇਹਦੀ ਫਾਈਨਲ ਲੁੱਕ ਆ ਹੀ ਮੰਨ ਕੇ ਚੱਲੋ, ਬਸ ਪੇਂਟ ਦਾ ਹੈ ਥੋੜ੍ਹਾ ਜਿਹਾ ਫਰਕ, ਜਾਂ ਜਿਹੜੀ ਬੋਡੀ ਬਲੈਕ ਹੈ, ਬੰਪਰ ਬਲੈਕ ਹੈ, ਇਹਨੂੰ ਪੇਂਟ ਹੋ ਜੂਗਾ ਇੱਦਾਂ ਦਾ ਗਰੇ, ਠੀਕ ਹੈ। ਅਤੇ ਰੇਮਿਨ ਦੇ ਜਿਹੜੇ ਨੇ ਉਹ ਆਫ ਵਾਈਟ ਪੇਂਟ ਹੋ ਜਾਣਗੇ, ਬਾਕੀ ਸਾਰਾ ਸੇਮ ਇੱਦਾਂ ਦਾ ਹੀ ਰਹਿਣਾ। ਜਮਾਂ ਘੈਂਟ ਚੀਜ਼ ਆ, ਪਰਫੋਰਮੈਂਸ ਅਜੇ ਮੈਂ ਇਹਦੀ ਚੈੱਕ ਨਹੀਂ ਕੀਤੀ, ਅਤੇ ਆਹ ਟਰੈਕਟਰ ਦੀ ਨਾ ਆਪਾਂ ਦੇਖਾਂਗੇ ਬਾਹਰ ਵੀ ਪਰਫੋਰਮੈਂਸ ਚੈੱਕ ਕਰਾਂਗੇ ਟਰਾਲੀ 'ਤੇ, ਠੀਕ ਹੈ, ਵੀ ਟਰੈਕਟਰ ਕਿਵੇਂ ਚੱਲਦਾ, ਵੀ ਆਪਣੇ ਜਿਹੜੇ ਆਹ ਟਰੈਕਟਰ ਨੇ ਇਹਨਾਂ ਨੂੰ ਟੱਕਰ ਦਿੰਦਾ ਇੱਦਾਂ ਕਿ ਨਹੀਂ ਦਿੰਦਾ, ਠੀਕ ਹੈ। ਕਿਸੇ ਇੱਕ ਟਰਾਲੀ 'ਤੇ ਚਲਾ ਕੇ ਦੇਖ ਲਾਂਗੇ, ਇੱਟਾਂ 'ਤੇ ਸੁੱਟਣੀਆਂ ਹੀ ਆਪਾਂ, ਅੱਜ ਤਾਂ ਨਹੀਂ ਹੁਣ ਰੈਡੀ ਹੋਣਾ, ਪਰ ਕੱਲ੍ਹ ਕੋਸ਼ਿਸ਼ ਕਰਾਂਗਾ ਕਿ ਕੱਲ੍ਹ ਇਹਦੇ ਨਾਲ ਟੈਸਟਿੰਗ ਕਰ ਸਕੀਏ। ਬਾਕੀ ਕੱਲ੍ਹ ਵੀ ਨਾ ਥੋੜ੍ਹਾ ਜਿਹਾ ਕੰਮ ਇੱਦਾਂ ਦਾ ਹੈ ਕਿ ਜ਼ਰੂਰੀ ਕੰਮ ਪੈ ਗਏ 1-2, ਉਹਦੇ ਕਰਕੇ ਥੋੜ੍ਹਾ ਜਿਹਾ ਬਾਹਰ ਜਾਣਾ ਪਊਗਾ, ਉਹ ਤੁਹਾਨੂੰ ਅੱਗੇ ਦੱਸੂਗਾ ਆਉਣ ਵਾਲੇ ਟਾਈਮ 'ਚ ਮੈਂ, ਠੀਕ ਹੈ। ਤਾਂ ਇਹਦੇ 'ਤੇ ਮੈਂ ਛੇਤੀ ਕੰਮ ਨਿਬੇੜਿਆ, ਨਹੀਂ ਤਾਂ ਮੈਂ ਸਵੇਰੇ ਰੈਡੀ ਕਰਨਾ ਸੀ ਟਰੈਕਟਰ,
ਤੇ ਹੁਣ ਸਵੇਰੇ ਕਿਤੇ ਜਾਣਾ ਪੈਣਾ, ਇਸ ਕਰਕੇ ਹੁਣੇ ਲੱਗਾ ਹੋਇਆ ਮੈਨੂੰ ਵੀ ਜਿੰਨਾ ਛੇਤੀ ਹੋ ਸਕੇ ਮੌਕੇ 'ਤੇ। ਵੈਸੇ ਟਰੈਕਟਰ ਵਰਕਿੰਗ 'ਚ ਆ, ਬਸ ਬੈਂਟਰੀ ਲਾਉਣੀ ਹੈ, ਟਰੈਕਟਰ ਰੇਡੀ ਹੈ, ਪੇਂਟ ਵਾਲਾ ਕੰਮ ਰਹਿ ਗਿਆ ਉਹ ਫਿਰ ਆਪਾਂ ਕੱਲ੍ਹ ਕਰਾਂਗੇ ਜਾਂ ਮੈਂ ਦੇਖ ਲਵਾਂਗਾ ਰਾਤ ਕਰ ਲਵਾਂਗਾ। ਠੀਕ ਹੈ, ਅਤੇ ਆਹ ਸੀ ਮੌਕੇ 'ਤੇ ਰਿਪੋਰਟ ਆਪਣੇ ਸਵਰਾਜ ਦੀ, ਅਤੇ ਜਿਹੜਾ ਆਪਣਾ ਵੱਡਾ ਰਸ਼ੀਅਨ ਟੈਂਕ ਖੁੱਲ੍ਹਿਆ ਪਿਆ ਸਾਰਾ, ਇਹਦੇ ਪਾਰਟ ਸਾਰੇ ਰੇਡੀ ਨੇ, ਰਿਮ ਵੀ ਤਿਆਰ ਹੋ ਚੁੱਕੇ ਨੇ, ਬੈਰਿੰਗ ਬੋਰਿੰਗ ਫਿੱਟ ਕਰਦਾ ਮੈਂ, ਅਤੇ ਇਹਦੀ ਵੀ ਵੀਡੀਓ ਸ਼ੂਟ ਕਰਨੀ ਹੈ ਵੈਸੇ ਤਾਂ। ਇਹ ਮੈਂ ਦੇਖਦਾ ਹਾਂ, ਹੋ ਸਕਦਾ ਹੁਣੇ ਸ਼ੂਟ ਨਾ ਹੋਵੇ, ਹਾਂ ਚਲੋ ਦੇਖਦੇ ਹਾਂ, ਜੇ ਤਾਂ ਹੋ ਗਈ ਨਾ ਹੁਣੇ ਕਰਕੇ ਨਾ ਕੰਮ ਨਿਬੇੜਦੇ ਹਾਂ ਛੇਤੀ ਛੇਤੀ। ਠੀਕ ਹੈ, ਅਤੇ ਬਾਕੀ ਉਸ ਦੇ ਨਾਲ ਆਹ ਦੇਖੋ ਪੈਕਿੰਗ ਹੋ ਚੁੱਕੀ ਹੈ, ਆਪਣੇ ਜਿਹੜੇ 9-11 ਟਰੇਟਰ ਸੀ ਕਿੱਥੇ ਆ ਟਰੇਟਰ ਕਿੱਥੇ ਗਏ ਆ ਰਹੇ, ਮੈਂ ਕਿਹਾ ਖਾਲੀ ਹੈ ਡੱਬਾ। ਅਤੇ ਆਪਣੇ ਜਿਹੜੇ 2 9-11 ਸੀਗੇ ਪਲੱਸ 2 ਟਰਾਲੀਆਂ, ਚਾਰੇ ਚੀਜ਼ਾਂ ਦੀ ਪੈਕਿੰਗ ਹੋ ਚੁੱਕੀ ਹੈ। ਸ਼ੂਟ ਨਹੀਂ ਕੀਤਾ ਮੈਂ ਕਿਉਂਕਿ ਨਾ ਇਸੇ ਵਲੋਗ ਤੋਂ ਹੀ, ਇਸੇ ਵਲੋਗ ਤੋਂ ਕਹਿਣਾ ਇਸੇ ਫੋਨ ਤੋਂ ਹੀ ਆਪਾਂ ਨਾ ਸ਼ੋਰਟ ਵੀਡੀਓ ਵੀ ਸ਼ੂਟ ਕਰਨ ਦਾ ਸੀ ਪੈਕਿੰਗ ਦੀ, ਵੀਡੀਓ ਸ਼ੂਟ ਕਰ ਲਈ ਦੀ ਹੈ, ਪਰੂਫ ਵੀ ਰਹਿ ਜਾਂਦਾ ਅਤੇ ਵੀਡੀਓ ਅਪਲੋਡ ਵੀ ਕਰ ਦੀ ਦੀ ਹੈ। ਮੌਕੇ 'ਤੇ ਫੋਨ ਆਪਣੇ ਕੋਲ ਇੱਕ ਹੀ ਹੈ, ਇਸ ਕਰਕੇ ਨਾ ਵੀ ਜਿਵੇਂ ਲਿਮਿਟਿਡ ਜਿਹਾ ਆਪਾਂ ਵਲੋਗ ਵੀ ਸ਼ੂਟ ਕਰਨ ਦਾ ਆ, ਕੁਛ ਬਾਹਰ ਵੀ ਸ਼ੂਟ ਜਦੋਂ ਆਪਾਂ ਦੂਜੇ ਚੈਨਲਾਂ 'ਤੇ ਸ਼ੂਟ ਕਰਦੇ ਹਾਂ ਉਦੋਂ ਵੀ ਵਲੋਗ ਨਹੀਂ ਸ਼ੂਟ ਹੁੰਦਾ, ਅਤੇ ਫੋਨ ਦਾ ਜੁਗਾੜ ਕਰਦੇ ਹਾਂ ਕੋਈ ਫੋਨ ਹੋਰ ਲੈਂਦੇ ਹਾਂ ਆਪਾਂ, ਉਦੋਂ ਬਾਅਦ ਫਿਰ ਨਾ ਬਿਹਾਈਂਡ ਦਾ ਸੀਨ ਅਤੇ ਸਾਰਾ A to Z ਪ੍ਰੋਪਰ ਸ਼ੂਟ ਕਰਾਂਗੇ। ਠੀਕ ਹੈ, ਅਤੇ ਫਿਲਹਾਲ ਹੁਣ ਮੈਂ ਛੇਤੀ ਛੇਤੀ ਆ XL ਅਸੈਂਬਲ ਕਰ ਲਾਂ। ਲਓ ਵੀ ਮੁੰਡਿਓ, ਆ ਗਏ ਆਪਾਂ ਵਾਪਸ ਐਲਨਾਬਾਦ ਤੋਂ, ਅਤੇ ਮੌਕੇ 'ਤੇ ਟਾਈਮ ਇੱਕ ਮਿੰਟ ਮੈਂ ਦੇਖ ਲਾਂ ਟਾਈਮ ਕੀ ਹੋ ਗਿਆ, 9:30 ਹੋ ਗਏ ਨੇ। ਠੀਕ ਹੈ, ਅਤੇ ਵਲੋਗ ਅੱਜ ਦਾ ਕੋਈ ਜ਼ਿਆਦਾ ਖਾਸ ਸ਼ੂਟ ਹੋਇਆ ਨਹੀਂ, ਇਸ ਕਰਕੇ ਆਪਾਂ ਸੈਕਿੰਡ ਡੇ ਵਲੋਗ ਕਰਾਂਗੇ ਕੰਟੀਨਿਊ। ਉਹਦਾ ਇੱਕ ਮੇਨ ਰੀਜ਼ਨ ਇਹ ਆ ਕਿ ਆਪਾਂ ਨਾ ਸਵੇਰੇ 2 ਵਜੇ ਨਿਕਲਣਾ ਹੈ, ਕੋਈ ਜ਼ਰੂਰੀ ਕੰਮ ਜਾਣਾ ਸੀਗਾ, ਅਤੇ ਇਸ ਕਰਕੇ ਅੱਜ ਪੂਰਾ ਦਿਨ ਇੱਕ ਹੋਰ ਜ਼ਰੂਰੀ ਕੰਮ ਸੀਗਾ ਉਹਦੇ 'ਚ ਲੰਘ ਗਿਆ, ਅਤੇ ਹੁਣ ਜਿਹੜਾ ਰਾਤ ਨੂੰ ਉੱਧਰ ਜਾਣਾ, ਅਤੇ ਇਸ ਕਰਕੇ ਆਹ ਜਿਹੜਾ ਵਲੋਗ ਹੈ ਨਾ ਆਪਾਂ ਸਵੇਰੇ ਕੰਟੀਨਿਊ ਕਰਦੇ ਹਾਂ। ਕੱਲ੍ਹ ਮੈਂ ਹੋ ਸਕਦਾ ਉੱਥੋਂ ਟਾਈਮ ਨਾਲ ਆ ਜਾਂ ਲਗਭਗ 3-4 ਵਜੇ, ਅਤੇ ਸ਼ਾਮ ਨੂੰ ਫਿਰ ਆਪਾਂ ਵੀਡੀਓ ਸ਼ੂਟ ਕਰ ਲਾਂਗੇ। ਠੀਕ ਹੈ, ਜਿਹੜਾ ਆਪਾਂ ਬਾਹਰ ਕੰਮ ਸ਼ੁਰੂ ਕੀਤਾ ਹੋਇਆ ਇੱਟਾਂ ਜੋੜਨ ਵਾਲਾ, ਉਹ ਹੋ ਸਕਦਾ ਕੱਲ੍ਹ ਸ਼ਾਮ ਨੂੰ ਆ ਕੇ ਸ਼ੂਟ ਕਰੀਏ। ਬਾਕੀ ਚਲੋ ਇਸ ਵਲੋਗ 'ਚ ਤੁਹਾਨੂੰ ਪਤਾ ਲੱਗ ਜੂਗਾ, ਕਿਉਂਕਿ ਕੰਟੀਨਿਊ ਕਰਾਂਗਾ ਵਲੋਗ ਮੈਂ ਕੱਲ੍ਹ ਦਾ ਦਿਨ ਵੀ। ਠੀਕ ਹੈ, ਕਿਉਂਕਿ ਪਹਿਲੀ ਗੱਲ ਤਾਂ ਵਲੋਗ ਹੀ ਨਹੀਂ ਪੂਰਾ ਬਣਿਆ, ਛੋਟਾ ਜਿਹਾ ਵਲੋਗ ਬਣਿਆ, ਜੇ ਬਣ ਵੀ ਜਾਂਦਾ ਤਾਂ ਮੇਰੇ ਤੋਂ ਮੌਕੇ 'ਤੇ ਹੁਣ ਐਡਿਟ ਨਹੀਂ ਸੀ ਹੋਣਾ, ਕਿਉਂਕਿ ਆਪਾਂ ਲੱਗੇ ਸੌਣ, ਸਵੇਰੇ ਫਿਰ ਟਾਈਮ ਨਾਲ ਉੱਠਣ। ਅਤੇ ਬਾਕੀ ਇੱਧਰ ਦਾ ਕੰਮ ਐਵੇਂ ਸੀਗਾ ਕਿ ਜਦੋਂ ਮੈਨੂੰ ਪਤਾ ਲੱਗਾ ਕਿ ਜਾਣਾ ਜ਼ਰੂਰੀ, ਅਤੇ ਮੈਂ ਨਾਲ ਦੀ ਨਾਲ ਸਵਰਾਜ 'ਤੇ ਕੰਮ ਸ਼ੁਰੂ ਕਰਤਾ ਸੀਗਾ, ਕੰਮ ਖਿੱਚਤਾ ਇਹਦੇ ਤੋਂ ਪੂਰਾ, ਅਤੇ ਟਰੈਕਟਰ ਆਲਮੋਸਟ ਡਨ ਹੋ ਚੁੱਕਿਆ, ਬਸ ਪੇਂਟ ਵਾਲਾ ਕੰਮ ਰਹਿ ਗਿਆ। ਠੀਕ ਹੈ, ਪੇਂਟ ਕਰਕੇ ਟਰੈਕਟਰ ਆਪਾਂ ਰਵਾਨਾ ਕਰ ਦਾਂਗੇ, 1-2 ਵੀਡੀਓ ਸ਼ੂਟ ਕਰਾਂਗਾ ਬਸ ਇਹਦੇ ਨਾਲ ਮੈਂ। ਠੀਕ ਹੈ, ਅਤੇ ਬਾਕੀ ਆਹ ਜਿਹੜਾ ਐਕਸਲ ਹੈ ਇਹ ਵੀ ਰੇਡੀ ਹੋਣ ਦਿਆ ਹੈ, ਆਪਦੇ ਵੱਲੋਂ ਮੈਂ ਫੁੱਲ ਘੈਂਟ ਬਣਾਇਆ, ਬੈਰਿੰਗ ਲਾ ਕੇ ਨਾ ਵਾਲੀ ਘੈਂਟ ਚੀਜ਼ ਬਣੀ, ਅਤੇ ਬੈਰਿੰਗ ਲੱਗ ਗਏ ਨਾ, ਟਾਇਰਾਂ ਦੇ ਵਿੱਚ ਪਲੇ ਬਹੁਤ ਘੱਟ ਰਹਿ ਗਈ ਹੈ, ਅਤੇ ਵਿਚਲੀਅਨ ਦੀ ਜਿਹੜੀ ਲਿੰਕ ਰੋਡ ਹੈ ਉਹ ਨਹੀਂ ਤਿਆਰ ਹੋਈ, ਉਹ ਡਿਜ਼ਾਇਨ ਹੀ ਨਹੀਂ ਸੀ ਕੀਤੀ ਮੈਂ, ਉਹ ਹੁਣ ਦੇਖਦੇ ਹਾਂ ਆ ਕੇ ਹੀ ਨਾ ਉੱਥੋਂ ਸ਼ਾਮ ਨੂੰ ਕਰਾਂਗੇ, ਅਤੇ ਸ਼ਾਮ ਨੂੰ ਫਿਰ ਰੇਡੀ ਕਰਕੇ ਤੈਨੂੰ ਪਾ ਦਾਂਗੇ ਆਪਣੇ ਰਸ਼ੀਅਨ ਟੈਂਕ 'ਤੇ। ਠੀਕ ਹੈ, ਚਲੋ ਫਿਰ ਮੁੰਡਿਓ, ਮਿਲਦਾ ਤੁਹਾਨੂੰ ਮੈਂ ਸਵੇਰੇ ਲਗਭਗ 2-3 ਵਜੇ ਮਿਲਾਂਗਾ ਹੁਣ। ਓਕੇ, ਬਾਏ, ਟਾਟਾ। ਹੈਲੋ ਵੀ ਮੁੰਡਿਓ, ਆ ਗਏ ਆਪਾਂ ਵਾਪਸ, ਅਤੇ ਵਲੋਗ ਮੈਂ ਕੰਟੀਨਿਊ ਕਰਨ ਦਿਆਂ ਵਾਂ, ਇੱਥੇ ਟਾਈਮ ਚੈੱਕ ਕਰ ਲਓ ਤੁਸੀਂ, 2 ਵੱਜਣ ਵਾਲੇ ਆ। ਠੀਕ ਹੈ, ਅਤੇ ਦੁਪਹਿਰ ਦੇਣਗੇ, ਰਾਤ ਦੇ 2 ਵੱਜਣ ਵਾਲੇ ਆ, ਅਤੇ ਆਪਾਂ ਹੋ ਗਏ ਰੇਡੀ, ਬਸ ਹੁਣ ਪ੍ਰਸਥਾਨ ਕਰਦੇ ਹਾਂ। ਛੇਤੀ ਛੇਤੀ ਕਿੱਥੇ ਚੱਲੇ ਆ ਉਹ ਤੁਹਾਨੂੰ ਮੈਂ ਰਾਜ ਦੱਸੂੰਗਾ, ਜਾਂ ਉੱਥੇ ਪਹੁੰਚ ਕੇ ਦੱਸੂੰਗਾ। ਹੈਲੋ ਗਾਇਸ, ਕੀ ਹਾਲ ਹੈ? ਹਲੋ ਵੀ ਮੁੰਡਿਓ, ਇਹ ਡੱਬਾ ਅਸੀਂ ਪਹੁੰਚ ਗਏ ਹਾਂ, ਮੈਨੂ ਆ ਅਸੀਂ ਪਹੁੰਚ ਗਏ ਹਾਂ, ਤੇ ਪਤਾ ਨਹੀਂ ਕਿੱਥੇ ਪਹੁੰਚ ਗਏ, ਕਿਤੇ ਨਾ ਕਿਤੇ ਤੇ ਪਹੁੰਚ ਗਏ ਆ। ਆ ਦੇਖੋ ਹੈਲ ਗੇਮਰ, ਸੁਪਰ ਟਾਪ ਸਭੀ ਗਾਇਸ, ਇੱਡੇ ਗੇਮ ਪਲੇ ਮੈਂ ਆ ਤੇ ਗੇਮਿੰਗ ਟੈਕਨੀਕਲ ਗੁਰੂ ਜੀ ਕਸੋੜਾ ਮੈਂ ਤੂੰ
5 ਵਜ ਗਏ ਤੇ ਸਾਡੇ ਕੋਲ ਡੈਡਲਾਈਨ ਹੈ 9 ਵਜੇ ਦੀ। ਟਾਈਮ ਖੁੱਲਾ ਟਾਈਮ ਹੈ। ਲੌਬੀ ਮੁੰਡਿਓ ਆ ਦੇਖੋ ਤੁਸੀਂ ਵਿਹਲੇ, ਸਾਰਾ ਦਿਨ ਵਿਹਲੇ। ਕੀ ਵਿਹਲੇ? ਵਿਹਲੇ ਬਿਲਕੁਲ ਵਿਹਲੇ ਜਵਾਨ। ਆ ਦੇਖੋ ਤੁਸੀਂ ਬੇਰੋਜ਼ਗਾਰ ਕਿੱਥੇ ਫਿਰਦੇ ਆ ਵਿਹਲੇ, ਕਿੱਥੋਂ ਦੱਸਣ ਦੀ ਲੋੜ ਨੀ, ਸਮਝ ਲਿਓ। ਤੇ ਆ ਖੜੀ ਆਪਣੀ ਰਾਣੀ ਸੁੰਦਰਾ, ਇਹਨਾਂ ਇਹਦੀ ਇੱਕ ਹੀ ਆਦਤ ਹੈ ਗੰਦੀ ਹੈ, ਟਾਈਮ ਤੋਂ ਪਹਿਲਾਂ ਪਹੁੰਚਾ ਦਿੰਦੀ ਜਿੱਥੇ ਵੀ ਅਸੀਂ ਜਾਣਾ ਹੁੰਦਾ ਨਾ, ਕਮ ਸੇ ਕਮ 2 ਘੰਟੇ ਪਹਿਲਾਂ ਪਹੁੰਚਾ ਦਿੰਦੀ ਹੈ। ਹੁਣ ਇੱਥੇ ਖੜੇ ਇੱਕ ਦੂਜੇ ਦੇ, ਹਾਂ ਹੁਣ ਇੱਕ ਦੂਜੇ ਦੇ ਮੂੰਹ ਵੱਲ ਵੇਖਣਾ ਇੱਥੇ ਖੜੇ। ਇੱਥੇ ਆਪਾਂ ਨੂੰ ਜ਼ਿਆਦਾ ਕੰਮ ਹੈ ਨਹੀਂ ਗਾ, ਬਸ ਗਿਣਤੀ ਦੇ 15 ਮਿੰਟਾਂ ਦਾ ਕੰਮ ਹੈ। 15 ਮਿੰਟਾਂ ਵਾਸਤੇ ਉਹ ਉੱਥੋਂ ਤੇਲ ਫੂਕ ਕੇ 4-6 ਘੰਟੇ ਗੱਡੀ ਚਲਾ ਕੇ ਆਏ ਹਾਂ, ਬਸ 15 ਮਿੰਟਾਂ 'ਚ ਬਾਅਦ ਵਾਪਸ ਨਿਕਲ ਜਾਣਾ ਆਪਾਂ। ਠੀਕ ਹੈ, ਇੰਨਾ ਕੰਮ ਸੀਗਾ। ਚਲੋ ਵਲੋਗ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ। ਓਕੇ ਬਾਈ, ਟਾਟਾ, ਮਿਲਦੇ ਨਵੇਂ ਵਲੋਗ 'ਚ। ਕਮਾਇਆ ਡਰ ਦੁਨੀਆ ਦਾ ਲਾ ਕੇ ਮੈਂ, ਸਜਣਾ ਤੈਨੂੰ ਪਿਆ ਰੱਬ ਗਵਾ ਕੇ। ਲਓ ਵੀ ਮੁੰਡਿਓ, ਆਹ ਵੇਖੋ ਆਪਾਂ ਆਏ ਸੀਗੇ ਹਵੇਲੀ ਤੇ, ਇੱਥੋਂ ਲੰਘ ਜਾਂਦਾ ਸੀ ਅਸੀਂ, ਅਸੀਂ ਕਹਿੰਦਾ ਵੇਖ ਕੇ ਜਾਣੀ ਆ। ਹੋੜ ਪ੍ਰੀਤ ਦੋਵੇਂ ਨਾ ਡਗਰਾਂ ਅਤੇ ਉਹ ਖੜਾ ਹੋਲੈਂਡ। ਲੋ ਵੀ ਮੁੰਡਿਓ, ਫਾਈਨਲੀ ਪੂਰਾ ਦਿਨ ਲੰਘਾ ਕੇ ਤੇ ਸ਼ਾਮ ਨੂੰ ਆਪਾਂ ਪਹੁੰਚ ਗਏ ਘਰੇ। ਟਾਈਮ ਕੀ ਹੋ ਗਿਆ? ਟਾਈਮ ਹੋ ਗਿਆ ਜੀ 7:00 ਹੀ ਵੱਜ ਗਏ ਸਮਝੋ ਤੁਸੀਂ। ਹੁਣ ਪਹੁੰਚੇ ਹਾਂ ਘਰੇ ਤੇ ਦੇਖਦੇ ਹਾਂ ਫਿਰ ਅੱਜ ਇੱਧਰ ਕੀ ਕਰਨਾ, ਮੁਸ਼ਕਲ ਆ। ਹੁਣ ਤਾਂ 7 ਵਜੇ ਸੀ ਉੱਥੇ ਪਹੁੰਚੇ ਸੀ ਤੇ 7 ਵਜੇ ਘਰੇ ਪਹੁੰਚਿਆ, ਲਾ ਲਓ 12 ਘੰਟੇ ਲਾ ਕੇ। ਲਓ ਵੀ ਮੁੰਡਿਓ, ਫਾਈਨਲੀ ਪਹੁੰਚ ਗਏ ਆਪਣੇ ਸੈਟਅਪ 'ਚ ਤੇ ਮੌਕੇ ਦੇ ਸੀਨ ਐਵੇਂ ਆ ਕਿ ਬਾਹਰ ਦਾ ਸੀਨ ਤੇ ਬੱਦਲ ਗੱਜਣ ਦਿਆ ਤੇ ਮੀਂਹ ਸਰਸੇ ਵੀ ਬਹੁਤ ਪਿਆ ਸੀਗਾ ਤੇ ਕਿਵੇਂ ਇੱਥੇ ਵੀ ਹੋਣ ਦਈ ਹੈ, ਸ਼ੂਟ ਵਗੈਰਾ ਕੁਛ ਹੋਣਾ ਨਹੀਂ ਇਹ ਤਾਂ ਕਨਫਰਮ ਹੈ। ਕੁਆਲਿਟੀ ਹੋ ਗਈ ਡਾਊਨ ਬਿਲਕੁਲ। ਠੀਕ ਹੈ, ਅਤੇ ਇੱਧਰ ਆਪਣੀ ਨਹਿਰ ਦਾ ਵੀ ਦੇਖੋ ਹਾਲ, ਪਾਣੀ ਸਾਰਾ ਹੀ ਸੁੱਕ ਗਿਆ, ਸਵੇਰੇ ਵੀ ਭਰਨੀ ਪੈਣੀ ਹੁਣ ਪਾਣੀ ਨਾਲ। ਦੇਖਦੇ ਹਾਂ ਸਵੇਰੇ ਭਰਨ ਦੀ ਲੋੜ ਪੈਂਦੀ ਹੈ ਜਾਂ ਰਾਤ ਆਟੋਮੈਟਿਕ ਭਰੀ ਜਾਊਗੀ। ਅੱਜ ਦੇ ਵਲੋਗ 'ਚ ਆਪਣੇ ਸੈਟਅਪ 'ਚ ਤਾਂ ਨਹੀਂ ਹੋਇਆ ਕੰਮ ਬਿਲਕੁਲ ਹੀ, ਅਤੇ ਦੇਖਦੇ ਹਾਂ ਚਲੋ ਸਵੇਰੇ ਕਰਾਂਗੇ, ਨੈਕਸਟ ਵਲੋਗ 'ਚ ਸਵੇਰੇ ਕਰਦੇ ਹਾਂ ਉਹ ਕੰਮ, ਨਿਬੇੜਦੇ ਹਾਂ ਆਪਣੇ ਫਾਰਮ ਹਾਊਸ ਵਾਲਾ, ਨਿਬੇੜਦੇ ਹਾਂ ਮਤਲਬ ਵੀ ਸ਼ੁਰੂ ਕਰਦੇ ਹਾਂ, ਨਿਬੜਦਾ ਤਾਂ ਅਜੇ ਪਤਾ ਨਹੀਂ ਕਦੋਂ ਪੂਰਾ ਹੋਣਾ ਪਰ ਸ਼ੁਰੂ ਕਰ ਦਾਂਗੇ ਸਵੇਰੇ। ਠੀਕ ਹੈ, ਅਤੇ ਫਿਲਹਾਲ ਹੁਣ ਇੱਧਰ ਦਾ ਸੀਨ ਐਵੇਂ ਆ, ਇੱਕ ਤਾਂ ਆਪਣੇ ਰਸ਼ੀਅਨ ਟੈਂਕ ਦਾ ਫਰੰਟ ਐਕਸਲ ਇਹਨੂੰ ਕਰਦਾ ਮੈਂ ਤਿਆਰ, ਆ ਇਹਦੀ ਜਿਹੜੀ ਜੁਆਇੰਟ ਵਾਲੀ ਰੋਡ ਆ ਇਹ ਕਰਕੇ ਡਿਜ਼ਾਇਨ ਇਹਨੂੰ ਪ੍ਰਿੰਟ ਕਰਦੇ ਹਾਂ, ਪਲੱਸ ਆ ਪਾਰਸਲ ਸੀ ਇੱਕ ਉਹ ਲੈ ਕੇ ਆਇਆ ਮੈਂ, ਆਹ ਦੇਖੋ ਕਨੈਕਟਰ ਔਡਰ ਕੀਤੇ ਸੀਗੇ, ਕਨੈਕਟਰ ਆਏ ਨੇ ਉਸ ਦੇ ਨਾਲ ਆਪਣੇ ਐਸ ਸਵਰਾਜ ਦਾ ਵੀ ਸਾਰਾ ਸਮਾਨ ਲੈ ਕੇ ਆਇਆ ਮੈਂ, ਆਪਣਾ ਸਵਰਾਜ ਆਲਮੋਸਟ ਰੈਡੀ ਹੋ ਚੁੱਕਿਆ। ਮੈਂ ਟਰਾਈ ਕਰਦਾ ਵਾਂ ਕਿ ਅੱਜ ਰਾਤ ਨੂੰ ਪੇਂਟ ਮਾਰ ਕੇ ਨਾ ਅਤੇ ਸਵੇਰੇ ਫਿਰ ਇਹਦੀ ਟੈਸਟਿੰਗ ਕਰ ਲਈਏ। ਠੀਕ ਹੈ, ਅਤੇ ਹਾਂ ਇਹਦਾ ਚਾਰਜਰ ਆ ਗਿਆ ਪਲੱਸ ਨਵੀਂ ਬੈਟਰੀ ਬਣਨੀ ਹੈ ਇਸ ਕਰਕੇ
ਨਵੇਂ ਸੈੱਲ ਵੀ ਆ ਚੁੱਕੇ ਨੇ ਠੀਕ ਹੈ। ਇਸ ਵਾਰੀ ਮੈਂ ਦੋ ਅੱਡ ਸੈੱਲ ਲੈ ਕੇ ਆਇਆ ਵਾਂ, ਮੈਂ ਚੱਲ ਇਹਨਾਂ ਦਾ ਵੀ ਬੈਕਅਪ ਚੈੱਕ ਕਰਾਂਗੇ। ਵੈਸੇ ਓਵਰਆਲ ਬੈਕਅਪ ਠੀਕ ਹੈ ਇਹਨਾਂ ਸੈੱਲਾਂ ਦਾ, ਆਪਾਂ ਯੂਜ਼ ਕਰ ਨਹੀਂ ਦੇ ਆ ਆਹ ਜਿਹੜੇ। ਲਓ ਵੀ ਮੁੰਡਿਓ ਸੀਨ ਇੱਦਾਂ ਕਿ ਆਹ ਇੱਥੇ ਚੈੱਕ ਕਰੋ ਤੁਸੀਂ, ਫਰੰਟ ਐਕਸਲ ਆਪਣੀ ਰਸ਼ੀਅਨ ਟੈਂਕ ਦਾ ਹੋ ਚੁੱਕਿਆ ਰੇਡੀ। ਇਹਦੀ ਜੁਆਇੰਟ ਵਾਲੀ ਆਰਮ ਸੀਗੀ ਉਹ ਵੀ ਮੈਂ ਪ੍ਰਿੰਟ ਕਰ ਲਈ, ਟਾਇਰ ਹਜੇ ਫਿਕਸ ਨਹੀਂ ਕੀਤੇ, ਇਹਨਾਂ 'ਚ ਨਟ ਕੱਸਣ ਵਾਲੇ ਨੇ। ਬਾਕੀ ਲੁੱਕ ਇੱਦਾਂ ਦੀ ਆਊਗੀ, ਡਬਲ ਟਾਇਰਾਂ 'ਚ ਵੈਸੇ ਟਰੈਕਟਰ ਦੀ ਲੁੱਕ ਬਹੁਤ ਘੈਂਟ ਹੁੰਦੀ ਹੈ। ਅਤੇ ਇਹਨੂੰ ਨੈਕਸਟ ਵਲੋਗ 'ਚ ਆਪਾਂ ਕਰਦੇ ਹਾਂ ਅਸੈਂਬਲ ਪ੍ਰੋਪਰ। ਇਹਦੇ ਸਰਵੋ ਵਗੈਰਾ ਫਿੱਟ ਕਰਨੀ ਪੈਣੀ ਦੂਜੇ ਐਕਸਲ ਦੀ, ਦੂਜਾ ਐਕਸਲ ਉਹ ਪਿਆ, ਉਹਦੇ ਸਰਵੋ ਕੱਢ ਕੇ ਇਹਦੇ 'ਚ ਫਿੱਟ ਕਰ ਦਿੰਦੇ ਹਾਂ। ਅਤੇ ਉਮੀਦ ਹੈ ਕਿ ਨੈਕਸਟ ਵਲੋਗ 'ਚ ਇਹਨੂੰ ਅਸੈਂਬਲ ਕਰ ਦਾਂਗੇ ਆਪਾਂ, ਠੀਕ ਹੈ। ਅਤੇ ਉਸ ਤੋਂ ਇਲਾਵਾ ਸਵਰਾਜ ਦਾ ਤਾਂ ਆਪਾਂ ਇੰਨਾ ਕੰਮ ਡਨ ਕਰ ਹੀ ਦਿੱਤਾ ਹੈਗਾ, ਇਹਦੋਂ ਬਾਅਦ ਅੱਗੇ ਦੇਖਦੇ ਹਾਂ ਨੈਕਸਟ ਵਲੋਗ 'ਚ ਹੀ ਕਰਦੇ ਹਾਂ ਜਿੰਨਾ ਕੋਈ ਵੀ ਕੰਮ ਹੋਊਗਾ, ਠੀਕ ਹੈ। ਇਹਦੀ ਬੈਟਰੀ ਬਣਾਉਣੀ, ਇੱਕ ਤਾਂ ਚਾਰਜਰ ਬਣਾਉਣਾ, ਅਤੇ ਪੇਂਟ ਵਾਲਾ ਕੰਮ ਜਿਹੜਾ ਰਹਿ ਗਿਆ ਉਹ ਕਰਨਾ। ਵੈਸੇ ਇਹਦੀ ਟੈਸਟਿੰਗ ਵੀ ਕਰਨੀ, ਹਜੇ ਫਸਟ ਟਾਈਮ ਇਹਨੂੰ ਚਲਾ ਕੇ ਨਹੀਂ ਦੇਖਿਆ, ਅਤੇ ਚਲਾ ਕੇ ਵੀ ਦੇਖਦੇ ਹਾਂ ਆਪਾਂ, ਠੀਕ ਹੈ ਨੈਕਸਟ ਵਲੋਗ 'ਚ। ਅਤੇ ਆਹ ਵਲੋਗ ਫਿਰ ਆਪਾਂ ਕਰਦੇ ਹਾਂ ਇੱਥੇ ਐਂਡ। ਵਲੋਗ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਦਾ, ਜਿਹੜੇ ਵੀਰ ਚੈਨਲ 'ਤੇ ਨਵੇਂ ਨੇ ਸਬਸਕ੍ਰਾਈਬ ਕਰ ਲਿਓ। ਮਿਲਦੇ ਹਾਂ ਨੈਕਸਟ ਵਲੋਗ 'ਚ, ਅਤੇ ਟਰਾਈ ਕਰੂੰਗਾ ਨੈਕਸਟ ਵਲੋਗ 'ਚ ਜੇ 9-11 ਦੀ ਵੀ ਟੈਸਟਿੰਗ ਹੋ ਸਕੀ ਤਾਂ, ਠੀਕ ਹੈ ਕਰਾਂਗੇ ਆਪਾਂ। ਚਲੋ ਫਿਰ ਠੀਕ ਹੈ, ਓਕੇ ਬਾਏ, ਟਾਟਾ।